ਤਪ ਸਥਾਨ ਬੀਬੀ ਮੁਮਤਾਜ਼ਗੜ੍ਹ ਪਿੰਡ ਨਰੰਗਪੁਰ ਬੜੀ ਪੁਰਖਾਲੇ ਤੋਂ 5 ਕਿਲੋਮੀਟਰ ਦੀ ਦੂਰੀ 'ਤੇ ਇੱਕ ਉੱਚੀ ਪਹਾੜੀ 'ਤੇ ਸੁਸ਼ੋਭਿਤ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਨੰਦਪੁਰ ਸਾਹਿਬ ਛੱਡ ਕੇ ਸਰਸਾ ਨਦੀ ਪਾਰ ਕਰਕੇ ਜੰਗ ਲੜਦੇ ਹੋਏ ਰੋਪੜ ਪਹੁੰਚੇ ਤਾਂ ਉੱਥੋਂ ਗੁਰੂ ਜੀ ਨੇ ਸਿੰਘਾਂ ਨੂੰ ਫਤਿਹਪੁਰ ਦੇ ਗੁਪਤ ਕਿਲੇ ਵਿੱਚ ਜਾਣ ਦਾ ਆਦੇਸ਼ ਦਿੱਤਾ। ਜਦੋਂ ਮੁਗਲ ਫੌਜ ਗੁਰੂ ਜੀ ਨੂੰ ਲੱਭਦੀ ਹੋਈ ਰਾਤ ਵੇਲੇ ਕਿਲੇ ਵਿੱਚ ਪਹੁੰਚੀ ਤਾਂ ਕਿਲੇ ਨੂੰ ਘੇਰਾ ਪਾ ਲਿਆ। ਫੌਜਦਾਰ ਨੇ ਨਿਹੰਗਾਂ ਨੂੰ ਕਿਹਾ ਕਿ ਅਸੀਂ ਤੇਰੇ ਕਿਲੇ ਦੀ ਤਲਾਸ਼ੀ ਲੈਣੀ ਹੈ ਕਿਉਂਕਿ ਸਾਨੂੰ ਪੱਕੀ ਸੂਹ ਮਿਲੀ ਹੈ ਕਿ ਤੇਰੇ ਕਿਲੇ ਵਿੱਚ ਬਾਗੀ ਗੁਰੂ ਠਹਿਰਿਆ ਹੋਇਆ ਹੈ। ਨਿਹੰਗ ਖਾਂ ਨੇ ਖੁਸ਼ੀ ਨਾਲ ਕਿਲੇ ਦੀ ਤਲਾਸ਼ੀ ਦੇ ਦਿੱਤੀ, ਉਪਰੰਤ ਉਸ ਕਿਲੇ ਦੇ ਉਸ ਕਮਰੇ ਦੀ ਤਲਾਸ਼ੀ ਦੇਣ ਤੋਂ ਇਨਕਾਰ ਕਰ ਦਿੱਤਾ ਜਿਸ ਵਿੱਚ ਗੁਰੂ ਸਾਹਿਬ ਠਹਿਰੇ ਹੋਏ ਸਨ। ਫੌਜਦਾਰ ਨੇ ਉਸ ਕਮਰੇ ਦੀ ਤਲਾਸ਼ੀ ਨਾ ਦੇਣ ਦਾ ਕਾਰਨ ਪੁੱਛਿਆ ਤਾਂ ਨਿਹੰਗ ਖਾਂ ਨੇ ਦੱਸਿਆ ਕਿ ਇਸ ਕਮਰੇ ਵਿੱਚ ਮੇਰੀ ਬੇਟੀ ਮੁਮਤਾਜ਼ ਅਤੇ ਦਮਾਦ ਜਵਾਈ ਠਹਿਰੇ ਹੋਏ ਹਨ। ਇਸ ਗੱਲ ਦਾ ਸਬੂਤ ਮੰਗਣ ਤੇ ਨਿਹੰਗ ਖਾਂ ਨੇ ਆਪਣੀ ਬੇਟੀ ਮੁਮਤਾਜ਼ ਤੋਂ ਪੁੱਛਿਆ ਕਿ ਮਹਿਮਾਨ ਸੋ ਰਹੇ ਹਨ ਕਿ ਜਾਗ ਰਹੇ ਹਨ। ਅੰਦਰੋਂ ਮੁਮਤਾਜ਼ ਨੇ ਆਵਾਜ਼ ਦਿੱਤੀ ਕਿ ਆਰਾਮ ਫਰਮਾ ਰਹੇ ਹਨ। ਜਵਾਬ ਮਿਲਣ ਤੇ ਮੁਗਲ ਫੌਜਦਾਰ ਗੁਸਤਾਖੀ ਮਾਫ ਲਫ਼ਜ਼ ਬੋਲ ਕੇ ਫੌਜ ਸਮੇਤ ਵਾਪਸ ਚਲਾ ਗਿਆ। ਕਈ ਇਤਿਹਾਸਕਾਰਾਂ ਦੀ ਰਾਏ ਹੈ ਕਿ ਕਮਰੇ ਦੇ ਅੰਦਰ ਜ਼ਖਮੀ ਬਾਬਾ ਬਜਿੱਤਰ ਸਿੰਘ ਜੀ ਸਨ। ਅਗਲੇ ਦਿਨ ਉੱਥੇ ਹੀ ਆਰਾਮ ਕਰਨ ਉਪਰੰਤ ਅਗਲੀ ਸਵੇਰੇ ਤੜਕੇ ਗੁਰੂ ਜੀ ਜਾਣ ਲਈ ਤਿਆਰ ਹੋਏ ਤਾਂ ਬੀਬੀ ਮੁਮਤਾਜ਼ ਗੁਰੂ ਸਾਹਿਬ ਜੀ ਦੇ ਚਰਨਾਂ 'ਤੇ ਢਹਿ ਪਈ ਅਤੇ ਕਿਹਾ ਕਿ ਮੇਰੇ 'ਤੇ ਮਿਹਰ ਕਰੋ। ਗੁਰੂ ਸਾਹਿਬ ਜੀ ਨੇ ਗਾਤਰੇ ਸਮੇਤ ਕਿਰਪਾਨ ਬੀਬੀ ਮੁਮਤਾਜ਼ ਜੀ ਨੂੰ ਦੇ ਦਿੱਤੀ ਅਤੇ ਗੁਰੂ ਸਾਹਿਬ ਜੀ ਨੇ ਕਿਹਾ ਕਿ ਇਸ ਦੀ ਇਬਾਦਤ ਹੀ ਸਾਡੀ ਇਬਾਦਤ ਹੈ, ਅਸੀਂ ਹਮੇਸ਼ਾ ਤੁਹਾਡੇ ਅੰਗ ਸੰਗ ਰਹਾਂਗੇ। ਨਿਹੰਗ ਖਾਂ ਨੂੰ ਗੁਰੂ ਸਾਹਿਬ ਜੀ ਨੇ ਉਸਦੀ ਸੇਵਾ ਤੋਂ ਖੁਸ਼ ਹੋ ਕੇ ਇੱਕ ਕਟਾਰ ਅਤੇ ਕਿਰਪਾਨ ਦੀ ਬਖਸ਼ਿਸ਼ ਕੀਤੀ। ਹੁਣ ਇਹ ਕਟਾਰ ਅਤੇ ਕਿਰਪਾਨ ਗੁਰਦੁਆਰਾ ਭੱਠਾ ਸਾਹਿਬ ਪਾਤਸ਼ਾਹ 10ਵੀਂ ਜੋ ਕਿ ਸਥਾਨ ਤੋਂ 20 ਕਿਲੋਮੀਟਰ ਦੀ ਦੂਰੀ 'ਤੇ ਸੁਸ਼ੋਭਿਤ ਹੈ। ਇਸ ਉਪਰੰਤ ਗੁਰੂ ਸਾਹਿਬ ਜੀ ਨਿਹੰਗ ਖਾਂ ਦੇ ਪਰਿਵਾਰ ਸਮੇਤ ਫਤਿਹਪੁਰ ਦੇ ਕਿਲੇ ਵਿੱਚ ਪਹੁੰਚੇ ਜਿੱਥੇ ਬਾਬਾ ਬਜਿੱਤਰ ਸਿੰਘ ਵੱਡੇ ਸਾਹਿਬਜ਼ਾਦੇ, ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ ਅਤੇ ਬਾਕੀ ਸਿੰਘਾਂ ਦੀ ਦੇਖਭਾਲ ਨਿਹੰਗ ਖਾਂ ਦਾ ਪੁੱਤਰ ਆਲਮ ਖਾਂ ਕਰ ਰਿਹਾ ਸੀ। ਜ਼ਖਮੀ ਬਾਬਾ ਬਜਿੱਤਰ ਸਿੰਘ ਜੀ ਨੂੰ ਗੁਰੂ ਸਾਹਿਬ ਨੇ ਨਿਹੰਗ ਖਾਂ ਨੂੰ ਸੌਂਪ ਕੇ ਕਿਲੇ ਕੋਟਲੇ ਵੱਲ ਜਾਣ ਦਾ ਉਦੇਸ਼ ਦਿੱਤਾ। ਉੱਥੋਂ ਚਾਲੇ ਮਾਰਦੇ ਹੋਏ ਬਾਕੀ ਸਿੰਘਾਂ ਸਮੇਤ ਖਾਨਪੁਰ, ਰਾਮਪੁਰ ਅਤੇ ਬ੍ਰਹਮਮਾਜਰਾ ਹੁੰਦੇ ਹੋਏ ਚਮਕੌਰ ਸਾਹਿਬ ਜਾ ਪਹੁੰਚੇ। ਇਸ ਤੋਂ ਉਪਰੰਤ ਬੀਬੀ ਮੁਮਤਾਜ਼ ਨੇ ਕੁਝ ਸਮਾਂ ਕੋਟਲੇ ਵਿਖੇ ਰਹਿਣ ਤੋਂ ਬਾਅਦ ਇਕਾਂਤ ਰਹਿਣ ਦਾ ਫੈਸਲਾ ਕੀਤਾ। ਨਿਹੰਗ ਖਾਂ ਨੇ ਉਹਨਾਂ ਦੀ ਇੱਛਾ ਅਨੁਸਾਰ ਰੰਗਪੁਰ ਗੜੀ ਵਿਖੇ ਇੱਕ ਉੱਚੀ ਪਹਾੜੀ 'ਤੇ ਕਿਲ੍ਹਾ ਉਸਾਰ ਕੇ ਦੇ ਦਿੱਤਾ ਅਤੇ ਖੂਹ ਖੁਲਵਾ ਦਿੱਤਾ ਜੋ ਕਿ ਉਸਦੀ ਰਿਆਸਤ ਵਿੱਚ ਸੀ। ਇਸ ਥਾਂ ਉੱਤੇ ਗੁਰਦੁਆਰਾ ਤਪ ਸਥਾਨ ਮੁਮਤਾਜ਼ਗੜ੍ਹ ਸਾਹਿਬ ਸੁਸ਼ੋਭਿਤ ਹੈ। ਇਸ ਧਰਤੀ ਨੂੰ 6ਵੇਂ ਪਾਤਸ਼ਾਹ ਅਤੇ 10ਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਛੋਹ ਪ੍ਰਾਪਤ ਹੈ। ਇਸ ਸਥਾਨ 'ਤੇ 1978 ਦੀ ਈਸਵੀ ਵਿੱਚ ਸੰਤ ਬਾਬਾ ਕਰਤਾਰ ਸਿੰਘ ਭੈਰੋ ਮਾਜਰੇ ਵਾਲੇ ਦਰਸ਼ਨ ਕਰਨ ਆਏ ਅਤੇ ਇਸ ਧਰਤੀ ਬਹੁਤ ਪ੍ਰਭਾਵਿਤ ਹੋਈ। ਫਿਰ ਉਹਨਾਂ ਨੂੰ ਇਸ ਸਥਾਨ ਨੂੰ ਬੀਬੀ ਹਿੰਮਤ ਕੌਰ ਜੀ ਦੇ ਸਹਿਯੋਗ ਨਾਲ ਬਣਾਉਣ ਦਾ ਵਚਨ ਕੀਤਾ। ਉਸ ਤੋਂ ਉਪਰੰਤ 1998 ਵਿੱਚ ਇਸ ਗੁਰਦੁਆਰਾ ਸਾਹਿਬ ਦੀ ਸੇਵਾ ਸ਼ੁਰੂ ਹੋਈ ਅਤੇ ਭੈਰੋ ਮਾਜਰੇ ਵਾਲੇ ਬਾਬਾ ਕਰਤਾਰ ਸਿੰਘ ਜੀ ਅਤੇ ਸੰਘ ਦਾ ਸਹਿਯੋਗ ਨਾਲ ਮੁਕੰਮਲ ਕਰਵਾਈ ਗਈ। ਇਸ ਸਥਾਨ ਦੀ ਸੇਵਾ ਜਥੇਦਾਰ ਬਾਬਾ ਬਲਵੀਰ ਸਿੰਘ ਜੀ, 96 ਕਰੋੜੀ ਮੁਖੀ ਬੁੱਢਾ ਦਲ ਜੀ ਵੱਲੋਂ ਬਾਬਾ ਮਨਮੋਹਨ ਸਿੰਘ ਜੀ ਵਾਰਨ ਵਾਲੇ ਮੁਖੀ ਧਰਮ ਪ੍ਰਚਾਰ ਬੁੱਢਾ ਦਲ ਜੀ ਨੂੰ ਸੌਂਪ ਦਿੱਤੀ ਗਈ ਹੈ।
ਨੰਬਰਦਾਰ ਪ੍ਰੇਮ ਸਿੰਘ ਜੀ ਜੋ ਕਿ ਇੱਥੋਂ ਦੇ ਜਿਹੜੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਹਨ, ਇਹਨਾਂ ਨਾਲ ਗੱਲਬਾਤ ਕਰਾਂਗੇ। ਹਾਂਜੀ ਸਰ, ਕੀ ਕਹਿਣਾ ਚਾਹੁੰਦੇ ਤੁਸੀਂ? ਇਹੋ ਜੀ ਬੜਾ ਇਤਿਹਾਸਿਕ ਅਸਥਾਨ ਹੈ। ਬੀਬੀ ਮਮਤਾਜ ਸਾਹਿਬ ਇਹ ਉਸ ਸਮੇਂ ਦੇ ਅਪਸਾਧਕ ਹੋਏ ਹੈ ਜਦੋਂ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਨੰਦਪੁਰ ਛੱਡ ਕੇ ਜਾ ਰਹੇ ਸੀ। ਉਸ ਸਮੇਂ ਭਾਈ ਛਿੱਤਰ ਸਿੰਘ ਜੀ ਜ਼ਖਮੀ ਹੋ ਗਏ ਸੀ, ਤਾਂ ਉਹਨਾਂ ਨੂੰ ਫਿਰ ਕੋਟਲਾ ਸਾਹਿਬ ਉੱਥੇ ਛੋੜ ਦਿੱਤਾ ਗਿਆ ਸੀ। ਉੱਥੇ ਬੀਬੀ ਮਮਤਾਜ ਵੀ ਸੀ, ਕੋਟਲਾ ਨਿਹੰਗ ਦੀ ਲੜਕੀ। ਉਸ ਨੇ ਫਿਰ ਬਾਅਦ 'ਚ ਕੋਈ ਸ਼ਾਦੀ ਨਹੀਂ ਕਰੀ, ਸਾਰੀ ਉਮਰ ਫਿਰ ਇੱਥੇ ਆ ਕੇ ਤਪੱਸਿਆ ਕੀਤੀ, ਤਪੱਸਿਆ ਸਾਧਨਾ ਕੀਤੀ, ਅਤੇ ਬਾਕੀ ਉਸਦੀ ਭਗਤੀ ਸੱਟ ਗਈ ਹੁੰਦੀਆਂ ਇੱਥੇ, ਜੋ ਵੀ ਹੁਣ ਮਨੋਕਾਮਨਾ ਪੂਰੀਆਂ ਹੁੰਦੀਆਂ ਹਨ, ਦੂਰੋਂ ਨੇੜੋਂ ਸੰਗਤਾਂ ਆਉਂਦੀਆਂ ਹਨ ਇੱਥੇ, ਅਤੇ ਬੜੇ ਸਮਾਗਮ ਚੱਲਦੇ। ਮਹਾਰਾਜ ਦਾ ਪ੍ਰਕਾਸ਼ ਜਿਹੜਾ ਹੋਇਆ ਪਹਿਲਾਂ ਤਾਂ ਹੋਇਆ ਨਾ ਜੀ, ਇਹ ਤਾਂ ਹੁਣ ਮਾਤਰ ਬਾਅਦ 'ਚ ਹੋਇਆ ਨਾ। ਪਹਿਲਾਂ ਤਾਂ ਉਹ ਕਹਿੰਦੇ ਉਹਦਾ ਆਪਣਾ ਕੰਮ, ਆਪਣੇ ਤਪੱਸਿਆ ਇੰਡੀਪੈਂਡੈਂਟ ਕਰ ਦਿੱਤੀ, ਲੇਕਿਨ ਸਭ ਤੋਂ ਵੱਡੀ ਗੱਲ ਇਹ ਕਿ ਮਾਉਂਡਾ ਲੜਕੀ ਹੁੰਦੇ ਹੋਏ ਉਸਨੇ ਸਿੱਖ ਧਰਮ ਨੂੰ ਇੰਨੀ ਮਾਨਤਾ ਦਿੱਤੀ, ਉਸਨੇ ਸਾਰਾ ਜੀਵਨ ਆਪਣੇ ਈਸ਼ਵਰ ਬੰਦਗੀ, ਪਰਮਾਤਮਾ ਦੀ ਬੰਦਗੀ ਨੂੰ ਚਲਾਇਆ ਅਤੇ ਜੀਵਨ ਸਾਰਾ ਨਿਭਾ ਕੀਤਾ। ਅਤੇ ਤੁਸੀਂ ਸਿੱਖ ਇਤਿਹਾਸ ਨਾਲ ਜੁੜੇ ਹੋਏ ਹੋ ਅਤੇ ਸਾਨੂੰ ਕਾਫੀ ਦੱਸ ਰਹੇ ਹਾਂ ਕਿ ਨਿਹੰਗ ਖਾਂ ਦੇ ਉੱਥੇ ਬਾਬਾ ਬਜੀਤਰ ਸਿੰਘ ਦੇ ਗੁਰਦੁਆਰਾ ਜੀ ਭੱਠਾ ਸਾਹਿਬ, ਉੱਥੇ ਵੀ ਸਾਲਾਨਾ ਪ੍ਰੋਗਰਾਮ ਹੁੰਦਾ ਹੈ, ਇਹਨਾਂ ਦਿਨਾਂ ਵਿੱਚ ਹੁੰਦਾ, ਉੱਥੇ ਬਕਾਇਦਾ ਪ੍ਰੋਗਰਾਮ ਕੀਤਾ ਜਾਂਦਾ ਹੈ, ਤਾਂ ਫਿਰ ਉਹ ਪ੍ਰੋਗਰਾਮ ਵੀ ਉੱਥੇ ਚੱਲਦੇ ਰਹਿੰਦੇ ਹੈ। ਜਦੋਂ ਗੁਰੂ ਸਾਹਿਬ ਨੇ ਪਿੱਛੇ ਫੌਜਾਂ ਪਈਆਂ ਸੀ ਉਸ ਵੇਲੇ ਦਾ ਕੁਛ ਇਤਿਹਾਸ ਹੈ? ਉਸ ਸਮੇਂ ਦਾ ਹਾਂ, ਜਦੋਂ ਗੁਰੂ ਸਾਹਿਬ ਤਾਂ ਚਮਕੌਰ ਸਾਹਿਬ ਨੂੰ ਚਲੇ ਗਏ, ਬਾਕੀ ਬਜੇਤਰ ਸਿੰਘ ਪਿੱਛੇ ਰਹਿ ਗਏ, ਉਹ ਜ਼ਖਮੀ ਸੀ, ਉਹ ਫਿਰ ਥੋੜ੍ਹੇ ਟਾਈਮ ਦੇ ਬਾਅਦ ਅਕਾਲ ਚਲਾਣਾ ਕਰ ਗਏ ਸੀ। ਫਿਰ ਉਹਨਾਂ ਦੀ ਮਤਲਬ ਉਹਨਾਂ ਨੂੰ ਸਮਰਪਿਤ ਇਹ ਬੀਬੀ ਮਹਤਾਜ ਆ, ਮਤਲਬ ਉਹਨਾਂ ਦੇ ਮਤਲਬ ਵਚਨਾਂ ਦੇ ਮੁਤਾਬਕ ਉਸਨੇ ਫਿਰ ਸਾਰੀ ਉਮਰ ਸ਼ਾਦੀ ਨਹੀਂ ਕੀਤੀ। ਅਤੇ ਬਾਕੀ ਉਸਨੇ ਇਹ ਕਿਹਾ ਜਦੋਂ ਪਿਤਾ ਜੀ ਨੇ ਕਿਹਾ ਸੀ ਕਿ ਘਰ ਜਵਾਈ, ਜਦੋਂ ਜ਼ਖਮੀ ਸੀ ਅੰਦਰ ਸਕਾ, ਮਤਲਬ ਮੁਹੰਮਦ ਜਿਹਨੇ ਉਸ ਸਮੇਂ ਦੇ ਫੌਜਾਂ ਤਲਾਸੀ ਲਈ ਜਾ ਰਹੀ ਸੀ, ਜੇ ਫੌਜਾਂ ਤਲਾਸੀ ਲੈਣ ਲੱਗੀ ਆ ਨਾ, ਤਾਂ ਉਸ ਸਮੇਂ ਉਹਨੂੰ ਤਰਸਲੀ ਦੇਣ ਵਾਸਤੇ ਵੀ ਪਿਤਾ ਨੇ ਕਿਹਾ ਜੀ ਮੇਰਾ ਘਰ ਜਵਾਈ ਹੈ ਜੀ, ਉਹ ਬੱਚੇ ਨੂੰ ਉਸਨੇ ਪਾਲਦੇ ਹੋਏ, ਅਤੇ ਉਸਨੇ ਸਾਰੀ ਉਮਰ ਫਿਰ ਇਹ ਤਾਂ ਆਪਣਾ ਸੇਵਾ ਸੇਵਾ ਭਾਵਨਾ ਨਾਲ ਹੀ ਸਾਰਾ ਜੀਵਨ ਅਤੇ ਬੜਾ ਇਹ ਸਾਰੇ ਰਿਕਾਰਡ ਹੈ। ਇੱਕ ਮਾਹੌਲ ਸਾਰੇ ਸਾਰਾ ਜੀਵਨ ਇੱਕ ਪਰਮਾਤਮਾ ਦੀ ਬੰਦਗੀ ਵਿੱਚ ਇੱਥੇ ਉੱਤੇ ਨਿਭਾਇਆ। ਇਹ ਸਾਡੇ ਇਹਨਾਂ ਜੀ ਰਾਮ ਪਰਮਾ ਜੀ ਬੜੇ ਇਹਨਾਂ ਲੱਗਦੀ ਹੈ, ਅਸੀਂ ਧੰਨਵਾਦ ਕਰਦੇ ਹਾਂ ਤੁਸੀਂ ਆ ਕੇ ਸਾਡਾ ਇਹ ਇਤਿਹਾਸ ਬਾਰੇ ਜਾਣਕਾਰੀ ਲਈ ਹੈ, ਅਤੇ ਹੋਰ ਕਹਾਂ ਇਹਦੇ ਬਾਰੇ ਤੁਸੀਂ ਐਡਵਰਟਾਈਜ਼ ਕਰੋਗੇ, ਸਾਨੂੰ ਬੜੀ ਖੁਸ਼ੀ ਹੋਈ ਹੈ, ਸੋ ਤੁਹਾਡਾ ਬਹੁਤ ਬਹੁਤ ਧੰਨਵਾਦ। ਹਾਂਜੀ, ਅਸੀਂ NRI ਵੀ ਸਕਦਾ ਹਾਂ, NRI ਸਾਹਿਬ ਮੇਵਾ ਸਿੰਘ ਨਾਮ ਹੁੰਦਾ, ਮੇਰਾ ਨਾਮ ਮੇਵਾ ਸਿੰਘ ਜੀ। ਕਿਹੜੇ ਕਿਹੜੇ ਸਟੇਟ ਤੋਂ ਬਾਹਰ ਬਾਹਰ ਜੀ? ਮੈਂ 25-30 ਸਾਲ ਇੱਥੇ ਤਕਰੀਸ ਰਹੇ ਜੀ, ਅਤੇ ਮੈਂ ਰੋਪੜ ਤੋਂ ਪ੍ਰਵਾਸੀ ਜ਼ਿਲ੍ਹਾ ਰੂਪਨਗਰ ਦਾ ਜੀ ਪ੍ਰਧਾਨ 2008 ਤੋਂ ਚਲਿਆਉਂਦਾ ਜੀ ਜੀ, ਅਤੇ ਮੈਂ ਇਸ ਨਗਰ ਕੀਰਤਨ ਦੇ ਨਾਲ 2011-12 ਤੋਂ ਜੁੜਿਆ ਹੋਇਆ, ਪਿੰਡ ਮੇਰਾ ਰਾਮਪੁਰਾ ਜੀ, ਅਤੇ ਰਹਿੰਦੇ ਅਸੀਂ ਸ਼ਿਵ ਕੇਸ ਮੋਹਾਲੀ ਜੀ, ਅਤੇ ਇਸ ਨਗਰ ਕੀਰਤਨ ਦੇ ਵਿੱਚ ਵੀ ਮਤਲਬ ਸਾਡਾ ਆਪਣੇ ਕੋਟਲਾ ਮਹਾਂਦੇ ਪਰਿਵਾਰ ਦੀਆਂ ਸਾਰੀਆਂ ਝਲਕੀਆਂ ਅਸੀਂ ਫੈਸਟੀਵਲਾਂ ਤੋਂ ਲੈ ਕੇ ਲੈ ਕੇ ਆ ਰਹੇ ਹਾਂ, ਉਹਨਾਂ ਦਾ ਸਮੁੱਚਾ ਇਤਿਹਾਸ ਅਸੀਂ ਮਤਲਬ ਸਾਰੀ ਮਤਲਬ ਇਲਾਕੇ ਦੀ ਸੰਗਤ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ। ਅਤੇ ਜਿਹੜਾ ਕੋਟਲਾ ਨਿਹੰਗ ਜੀ ਦੇ ਪਰਿਵਾਰ ਹੈ ਜੀ, ਇਹ 1398 ਦੇ ਵਿੱਚ ਗਜਨੀ ਤੋਂ
ਇਹਨਾਂ ਦੇ ਵੱਡੇ ਵਡੇਰੇ ਸ਼ਾਹ ਸੁਲੇਮਾਨ ਦੀ ਮਤਲਬ ਤਮੂਰ ਬਾਦਸ਼ਾਹ ਦੇ ਨਾਲ ਕੋਈ ਕੋਠਲੇ ਵਸੇ ਸੀ ਅਤੇ ਉਹਨਾਂ ਨੂੰ ਸਾਡੇ 56 ਪਿੰਡਾਂ ਦੀ ਜ਼ਮੀਰ ਅਲੱਗ ਕਰ ਗਏ ਸੀ ਤਮੂਰ ਬਾਦਸ਼ਾਹ। ਸਾਡੇ ਖਾਤਰ 56 ਪਿੰਡਾਂ ਖਾਤਰ ਬੜੀ ਮਾਣ ਵਾਲੀ ਗੱਲ ਕਿ ਕੋਟਲਾ ਨਾਗਰਾ ਪਿੰਡ ਸਾਡੀ ਰਾਜਧਾਨੀ ਹੁੰਦੀ ਸੀ ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇਸ ਪਰਿਵਾਰ ਦੇ ਨਾਲ ਬੜਾ ਜੋਰ ਸੀ। 4 ਵਾਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਇਹਨਾਂ ਦੇ ਘਰ ਆਏ। ਪਹਿਲਾਂ 1688 ਦੇ ਵਿੱਚ ਆਏ ਜਦੋਂ ਪੌਂਟਾ ਸਾਹਿਬ ਛੱਡਿਆ, ਭੱਠਾ ਠੰਡਾ ਕੀਤਾ, ਫਿਰ 1692 'ਚ ਇਹਨਾਂ ਦੇ ਲੜਕੇ ਆਲਮ ਖਾਨ ਦੀ ਮੰਗਣੀ 'ਤੇ ਆਏ, ਫਿਰ 1694 ਦੇ ਵਿੱਚ ਜਦ ਕੁਰਕਸ਼ੇਤਰ ਦੇ ਮੇਲੇ ਤੋਂ ਚਮਕੌਰ ਸਾਹਿਬ 'ਤੇ ਹੋ ਕੇ ਅਨੰਦਪੁਰ ਸਾਹਿਬ ਵਾਪਸ ਜਾ ਰਹੇ ਸੀ, ਫਿਰ ਇਹਨਾਂ ਦੇ ਘਰ ਆਏ। ਅਤੇ ਚੌਥੀ ਵਾਰੀ 1704 ਦੇ ਵਿੱਚ ਜਦੋਂ ਕਿਲ੍ਹਾ ਛੱਡਿਆ, ਫਿਰ ਇਹਨਾਂ ਦੇ ਘਰ ਆਏ। ਅਤੇ ਇਸ ਪਰਿਵਾਰ ਦੀ ਜਿਹੜੀ ਦੇਣ ਹੈ, ਅਸੀਂ ਬਹੁਤ ਸਾਨ ਮੰਨਦੇ ਹਾਂ ਪਰਿਵਾਰ ਦੇ ਨੰਗ ਦੇ, ਕਿਉਂਕਿ ਇਹਨਾਂ ਨੇ ਖੁਦ ਨਹੀਂ, ਇਹਨਾਂ ਦੇ ਸਮੁੱਚੇ ਰਿਸ਼ਤੇਦਾਰ ਗਨੀ ਖਾਂ, ਨਵੀ ਖਾਂ, ਇਹਨਾਂ ਦੀ ਭੈਣ ਉਮਰੀ ਦੇ ਲੜਕੇ ਅਤੇ ਇਹਨਾਂ ਦੇ ਭਾਣਜੇ ਸੀ ਰਾਏਕੋਟ ਦੇ ਅੰਦਰ ਰਾਏ ਕਿਲ੍ਹਾ। ਇਹਨਾਂ ਦਾ ਜਿਹੜਾ ਲੜਕਾ ਆਲਮ ਖਾਂ ਸੀ, ਉਹਨਾਂ ਦੇ ਜਵਾਈ ਸੀ, ਉਹਨਾਂ ਦੇ ਵਿਆਹਿਆ ਹੋਇਆ ਸੀ, ਉਹ ਇਹਨਾਂ ਦਾ ਕੁੜਮਚਾਰਾ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਇਹਨਾਂ ਨੇ ਮਤਲਬ ਉਸ ਸਮੇਂ ਦੇ ਅੰਦਰ ਜਦੋਂ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ, ਜਦੋਂ ਮੁਕਤਸਰ ਸਾਹਿਬ ਜਾ ਰਹੇ ਸੀ, 3 ਪੜਾਵਾਂ ਦੇ ਵਿੱਚ ਇਹ ਪਰਿਵਾਰ ਦੀ ਜਿਹੜੀ ਦੇਣ ਹੈ, ਅਸੀਂ ਸਦਾ ਇਹਨਾਂ ਦੇ ਰਹੀ ਹਾਂ। ਅਤੇ ਬੀਬੀ ਮੁਮਤਾਜ਼ ਜੀ ਜਿਹੜਾ ਇੱਕ ਸਿਗਨਲ ਇਤਿਹਾਸ ਦੇ ਅੰਦਰ ਛੱਡ ਕੇ ਗਏ ਹਾਂ, ਇੱਕ ਪਿਤਾ ਦੇ 2 ਸ਼ਬਦਾਂ ਦੇ ਉੱਪਰ ਆਪਣੀ ਸਾਰੀ ਜ਼ਿੰਦਗੀ ਉਹਨਾਂ ਨੇ ਨਿਭਾ ਤੀ। ਅਤੇ ਇਹ ਮਤਲਬ ਵੀ ਆਹ ਜਿਹੜਾ ਪਿੰਡ ਨਿਰੰਗਪੁਰ ਹੈ ਜਿੱਥੇ ਬੜੀ ਸਾਹਿਬ ਗੁਰਦੁਆਰਾ ਹੈ, ਇਹ ਕੋਟਲਾ ਨਿਰੰਗ ਖਾਂ ਦੇ ਪਿਤਾ ਦਾ ਨਿਰੰਗ ਖਾਂ ਸੀ, ਉਹਨਾਂ ਦੇ ਆਪਣੇ ਇੱਥੇ ਮਤਲਬ ਵੀ ਉਹਨਾਂ ਦਾ ਪਿੰਡ ਵਸਾਇਆ ਹੋਇਆ ਸੀ। ਮੇਰੀ ਪਰਸੋਂ ਇਸ ਪਰਿਵਾਰ ਦੇ ਬੀਬੀ ਕੋਟਲਾ ਨਿਰੰਗ ਖਾਂ ਦੀ 7ਵੀਂ ਪੀੜ੍ਹੀ ਪਾਕਿਸਤਾਨ ਗੱਲ ਹੋਈ ਜੀ, ਅਤੇ ਆਵਾਜ਼ ਰਹਿਮਾਨ ਦੇ ਨਾਲ ਉਹ 2013 ਦੇ ਵਿੱਚ ਜਦੋਂ ਵਰਲਡ ਕੁਆਲਿਟੀ ਕੱਪ ਸੀ ਜੀ, ਉਹ ਲੁਧਿਆਣੇ ਆਏ ਸੀ ਅਤੇ ਫਿਰ ਉਹ ਮੈਨੂੰ ਮੋਹਾਲੀ ਮੇਰੀ ਕੋਠੀ ਆਏ, ਮੈਨੂੰ ਮਿਲੇ ਅਤੇ ਮਿਲ ਕੇ ਉਹਨਾਂ ਨੇ ਮਤਲਬ ਵੀ ਮੈਂ ਉਹਨਾਂ ਨੂੰ ਜਦੋਂ ਗਿਫਟਾਂ ਦਿੱਤੀਆਂ, ਮੈਂ ਉਹਨਾਂ ਨੂੰ ਜਦੋਂ ਪੈਸਾ ਦੇਣਾ ਚਾਹਿਆ, ਆਵਾਜ਼ ਨੇ ਪੈਸਾ ਨਹੀਂ ਮੇਰੇ ਕੋਲ ਗਿਆ, ਮੈਂ ਯੂਰੋ ਵੀ ਦੇ ਦਿਆ, ਰੁਪਈਏ ਵੀ ਦੇ, ਉਹ ਕਹਿੰਦਾ ਮੈਂ ਘੜੀ ਲੈ ਲਈ, ਮੈਂ ਲੋਹੀ ਲੈ ਲਈ, ਪਰ ਮੈਂ ਪੈਸਾ ਨਹੀਂ ਲਾਉਣਾ। ਮੈਂ ਉਹਨੂੰ ਇੱਕ ਗੱਲ ਕਹੀ, ਬਾਅਦ ਅੱਜ 7 ਪੀੜ੍ਹੀਆਂ ਬਾਅਦ ਜਿਹੜਾ ਤੂੰ ਮਾਇਆ ਨੂੰ ਮੂੰਹ ਨਹੀਂ ਲਾ ਰਿਹਾ, ਤੁਹਾਡੇ ਪਰਿਵਾਰ ਦੇ ਬਜ਼ੁਰਗਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਮੋਢਿਆਂ 'ਤੇ ਚੱਕਣ ਦਾ ਦਮ ਤਾਂ, ਜੇ ਕੋਈ ਬਕਾਊ ਮਾਲ ਹੁੰਦਾ ਤਾਂ ਉਹਨਾਂ ਨੇ ਕਿਤੇ ਨਾ ਕਿਤੇ ਜ਼ਰੂਰ ਉਹਨਾਂ ਨੂੰ ਮਤਲਬ ਵੀ ਦੁਸ਼ਮਣਾਂ ਦੇ ਭੇਟ ਚਾੜ ਦੇਣਾ ਸੀ। ਅਤੇ ਸਾਨੂੰ ਇਲਾਕੇ ਵਾਲਿਆਂ ਨੂੰ ਮਾਰਿਆ, ਪਰ ਇੱਕ ਦੁੱਖ ਵੀ ਬਹੁਤ ਭਾਰੀ ਹੈ ਜੀ, ਵੀ 47 ਦੇ ਵਿੱਚ ਜਦੋਂ ਪਰਿਵਾਰ ਗਿਆ, ਅਸੀਂ ਸ਼ਾਸਤਰਾਂ ਨੂੰ ਤਾਂ ਪੈ ਗਏ, ਵੀ ਆ ਗੁਰੂ ਗੋਬਿੰਦ ਦੀਆਂ ਨਿਸ਼ਾਨੀਆਂ ਨੂੰ ਤਾਂ ਪੈ ਗਏ, ਪਰ ਪਰਿਵਾਰ ਨੂੰ ਸਾਂਭਣਾ ਸਕੇ ਸੀ, ਸਾਡਾ ਪਰਿਵਾਰ ਨੂੰ ਸਾਂਭਣਾ ਸਾਡਾ ਜੇ ਅਸਾਨ ਦਾ ਸੀ, ਬਦਲਾ ਦੇਣਾ ਸੀ ਸਿੱਖ ਕੌਮ ਨੇ, ਸਾਨੂੰ 47 ਤੋਂ ਪਾਕਿਸਤਾਨ ਜਾਣ ਨਹੀਂ ਸੀ ਦੇਣੇ ਚਾਹੀਦੇ, ਉਹਨਾਂ ਨੂੰ ਇੱਥੇ ਰਹਿਣਾ ਚਾਹੀਦਾ, ਉਹਨਾਂ ਨੂੰ ਰੱਖਣਾ ਚਾਹੀਦਾ ਸੀ, ਰਹਿਣਾ ਨਹੀਂ ਜੀ, ਰੱਖਣਾ ਚਾਹੀਦਾ ਸੀ, ਜਿੱਕਣਾ ਉਹਨਾਂ ਨੇ ਬਿਪਤਾ ਦੇ ਅੰਦਰ ਸਾਨੂੰ ਮੋਢੇ ਡਾਏ, ਸਾਨੂੰ ਸਾਂਭਿਆ, ਸਾਡੀ ਸਿੱਖ ਕੌਮ ਦਾ ਫਰਜ਼ ਬਣਦਾ ਸੀ ਕਿ ਉਹਨਾਂ ਨੂੰ 47 ਜਾਣਾ ਦਿੰਦੇ। ਚਲੋ ਜੇ ਚਲੇ ਵੀ ਗਏ, ਅੱਜ ਉਹਨਾਂ ਦੇ ਜਿਹੜੇ ਕਿਲ੍ਹੇ ਹੈ, ਉਹਨਾਂ ਦੀਆਂ ਕਬਰਾਂ ਹੈ, ਉਹ ਮਤਲਬ ਵੀ ਉਹ ਤਾਂ ਹੋ ਗਿਆ ਮੁਗਲਾਂ ਦੀ, ਮੁਸਲਮ ਨਹੀਂ, ਬੇਅਦਬੀ ਵੀ ਹੋ ਰਹੀ ਹੈ, ਉਹ ਬਗਾਨੀਆਂ ਹੋ ਗਈਆਂ, ਉਹ ਖਾਨ ਦੇ ਹੋ ਗਏ, ਸ਼ਾਸਤਰ ਸਾਡੇ ਹੋ ਗਏ, ਇੱਕਣਾ ਗੁਰਦੁਆਰਾ ਸਾਹਿਬ ਦੇ ਵਿੱਚ ਸ਼ਾਸਤਰਾਂ ਦੀ ਸਾਂਭ ਸੰਭਾਲ ਕਰੀ ਵੀ ਹੈ, ਇੱਕਣੇ ਉਹਨਾਂ ਦੇ ਕਿਲ੍ਹੇ ਵੀ, ਇੱਕਣੇ ਉਹਨਾਂ ਦੀ ਕਬਰਾਂ ਦੀ ਸਾਂਭ ਸੰਭਾਲ ਹੋਣੀ ਚਾਹੀਦੀ ਹੈ ਜੀ। ਇਹ ਅਸੀਂ ਸਮੁੱਚੇ ਸਿੱਖ ਜਾਗਤ ਨੂੰ, ਸ਼੍ਰੋਮਣੀ ਕਮੇਟੀ ਨੂੰ ਵੀ ਅਤੇ ਸਾਰੀ ਭੱਠਾ ਸਾਹਿਬ ਦੀ ਮਤਲਬ ਵੀ ਕੋਟਲਾ ਨਿਰੰਗ ਦੀ ਸੰਗਤ ਨੂੰ ਵੀ ਹੱਥ ਬੰਨ ਕੇ ਬੇਨਤੀ ਹੈ, ਅੱਜ ਕਿਲ੍ਹੇ ਦੇ ਅੰਦਰ ਬਚਿੱਤਰ ਉਹਨਾਂ ਨੂੰ ਅਲਾਟ ਹੋ ਗਿਆ ਸੀ ਜੀ ਕਿਲ੍ਹਾ, ਅਤੇ ਫਿਰ ਭਾਈ ਬਚਿੱਤਰ ਸੀ ਉਹਨਾਂ ਦੇ
ਜਿਹੜੇ ਮਤਲਬ ਗੁਰਦੁਆਰਾ ਸਾਹਿਬ ਰਹੇ ਉਹ ਕਿਲਿਆਂ ਦੇ ਅੰਦਰ ਬਚਿੱਤਰ ਸਿੰਘ ਦੇ ਉਹਨਾਂ ਦੇ 1704 ਵਾਲੇ ਦੇ ਔਰ ਮੌਜੂਦਾ ਬਚਿੱਤਰ ਸਿੰਘ ਦੇ ਵਿਚਕਾਰ ਕੰਧਾਂ ਹੋ ਗਈਆਂ ਅਤੇ ਕੋਟਲਾ ਨਾਗਾਂ ਦਾ ਆਪਣੇ ਪਰਿਵਾਰ ਦੀ ਜਿਹੜੀ ਜਗ੍ਹਾ ਉਹ ਮਤਲਬ ਦੇਖ ਕੇ ਤਾਂ ਨਿਕਲ ਗਈਆਂ ਜੀ। ਮੈਂ ਕਿਲੇ 'ਚ ਵੀ ਅੱਜ ਵੀ ਘੁੰਮ ਕੇ ਆਇਆ ਅਤੇ ਜਦੋਂ ਮੈਂ ਉਹਨਾਂ ਨਾਲ ਪਰਸੋਂ ਪਾਕਿਸਤਾਨ 'ਚ ਗੱਲ ਕੀਤੀ ਉਹਨਾਂ ਬਾਅਦ ਖਾਨ ਸਾਹਿਬ ਤੁਹਾਡੀ ਬਹੁਤ ਬੜੀ ਦੇਣ ਹੈ। ਉਹ ਕਹਿੰਦੇ ਵੀ ਨਿਵਾਸਿਆਂ ਇਹਦਾ ਬਜ਼ੁਰਗਾਂ ਦਾ ਪਿਆਰ ਸੀ ਗੁਰੂ ਘਰ ਦੇ ਨਾਲ, ਇਹਦਾ ਸਾਡਾ ਫਰਜ਼ ਹੀ ਬਣਦਾ ਸੀ। ਮੈਂ ਅਸੀਂ ਦੁਨੀਆ ਬਹੁਤ ਦੇਖੀ ਹੈ ਪਰ ਬਿਰਤਾ ਦੇ ਅੰਦਰ ਕੋਈ ਕੋਈ ਖੜਦਾ ਵੀ ਤੁਹਾਡੇ ਅਸੀਂ ਸਦਾ ਸਲਾਮ ਕਰ ਦਿੰਦੇ। ਬਹੁਤ ਵਧੀਆ ਜੀ ਤੁਸੀਂ ਜਾਣਕਾਰੀ ਦਿੱਤੀ ਜਿਹੜੀ, ਅਤੇ ਉਹ ਸਾਡਾ ਕੁਛ ਸਾਨੂੰ ਵੀ ਅਤੇ ਜਨਤਾ ਨੂੰ ਵੀ ਦੱਸਿਆ ਠੀਕ ਹੈ। ਅਸੀਂ ਇਲਾਕਾ ਬਹੁਤ ਮਾਣ ਮਹਿਸੂਸ ਕਰਦਾ ਜੀ ਵੀ ਇੱਕ ਹਿਸਟੋਰੀਕਲ ਐਡੀ ਵੱਡੀ ਜਗ੍ਹਾ ਸਾਡੇ ਇਲਾਕੇ ਦੇ ਅੰਦਰ ਹੈ ਔਰ ਸਾਡੇ ਇਲਾਕੇ ਦੇ ਲੋਕਾਂ ਨੇ ਉਸ ਟਾਈਮ ਦੇ ਅੰਦਰ ਮਤਲਬ ਨੁਮਾਇੰਦਗੀ ਕਰਕੇ ਗੁਰੂ ਸਿੱਖ ਇਤਿਹਾਸ ਦੇ ਅੰਦਰ ਨਾਂ ਰੱਖਿਆ। ਸਾਡੀ ਮਤਲਬ ਵੀ ਇਲਾਕੇ ਵਾਲਿਆਂ ਦੀ ਸਾਰਿਆਂ ਨੂੰ ਬੜੀ ਖੁਸ਼ੀ ਇਸ ਗੱਲ ਨਹੀਂ ਗੰਗੂ ਮੰਗਣਾ ਅਸੀਂ ਵੀ ਕਰਦੇ ਨਹੀਂ ਕਰ ਰਹੇ ਕਿ ਸਾਡੇ ਇਲਾਕੇ 'ਚ ਗੁਰੂ ਸਿੰਘ ਆਇਆ ਸੀ ਸਾਹਮ ਨਾ ਸਕੇ, ਸਾਡੇ ਖਾਤਰ ਮਾਣ ਵਾਲੀ ਗੱਲ ਹੈ ਜਿਹੜਾ ਕੋਟਲਾ ਨੰਗੇ 'ਤੇ ਮੈਂ ਜੀ ਮਤਲਬ ਵੀ ਆਪਣਾ ਕੋਟਲਾ ਸਾਹਿਬ ਦੇ ਨਗਰ ਕੀਰਤਨ ਦੇ ਨਾਲ ਜੀ 2013-14 ਦੇ ਵਿੱਚ ਤਾਂ ਜੁੜਿਆ ਹੋਇਆ ਜੀ। ਮਤਲਬ ਅਸੀਂ ਸਪੈਸ਼ਲ ਟਰੈਕਟਰ ਟਰਾਲਾ ਨਗਰ ਕੀਰਤਨ ਵਾਸਤੇ ਰੱਖਿਆ ਵੀ ਸਾਲ ਬਾਅਦ ਅਸੀਂ ਕੱਢਦੇ ਹਾਂ ਸਾਰੀਆਂ ਝਲਕੀਆਂ ਅਸੀਂ ਮਾਛੀਵਾੜੇ ਦੀਆਂ ਵੀ ਅਸੀਂ ਆਪਣੇ ਰਾਏਕੋਟ ਦੀਆਂ ਵੀ ਅਤੇ ਆਪਣਾ ਕਿਲੇ ਦੀਆਂ ਵੀ ਸਾਰਿਆਂ ਨੂੰ ਬੱਚਿਆਂ ਦੇ ਵਿੱਚ ਲਿਖਤਾਂ ਨਾਲ ਲਾ ਕੇ ਹਾਈਲਾਈਟ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਚਲੋ ਬਹੁਤ ਵਧੀਆ ਗੱਲ ਹੈ ਜੀ, ਪਰ ਅਸੀਂ ਬੜੀ ਅਫਸੋਸ ਦੀ ਗੱਲ ਹੈ ਅਸੀਂ ਪਾਗਾਮ ਤੇਜਵਾਲ ਨਹੀਂ ਆਏ ਹਾਂ ਅਤੇ ਜੇ ਇਹ ਜਿਹੜੀ ਐਡ ਜਾਂ ਇਹਨਾਂ ਦੀ ਜਾਣਕਾਰੀ ਵੱਧ ਤੋਂ ਵੱਧ ਸ਼ੇਅਰ ਹੋਣੀ ਚਾਹੀਦੀ ਹੈ ਤਾਂ ਕਿ ਲੋਕਾਂ ਨੂੰ ਪਤਾ ਲੱਗੇ। ਠੀਕ ਹੈ ਜੀ, ਅੱਗੇ ਚੱਲਦੇ ਹਾਂ। ਹਾਂਜੀ, ਇਸ ਵੇਲੇ ਅਸੀਂ ਖੜੇ ਹਾਂ ਜੀ ਬੀਬੀ ਮਮਤਾਜ ਜੀ ਦੀ ਜਿਹੜੀ ਜਗ੍ਹਾ ਜਿੱਥੇ ਕਵਰ ਹੈ, ਜਿੱਥੇ ਕਿ ਪਿੰਡ ਝਾਂਡੀਆਂ ਦੀ ਨਿਰੰਗਪੁਰ ਝਾਂਡੀਆਂ ਜਿਹਨੂੰ ਜਿਹਦਾ ਨਾਂ ਲਿਆ ਜਾਂਦਾ, ਸਾਡੇ ਨਾਲ ਬੀਬੀ ਦੇ ਜਿਹੜੇ ਨਾਨਕੇ ਸੀਗੇ ਅਤੇ ਅਸੀਂ ਗੱਲਬਾਤ ਕਰਾਂਗੇ ਸ਼ਮਸ਼ੇਰ ਸਿੰਘ ਜੀ ਨਾਲ ਵੀ ਕੀ ਸਾਰੀ ਸੱਚਾਈ ਕੀ ਸੀਗੀ। ਇਹ ਜੀ ਜਿਹੜੇ ਬੀਬੀ ਦਰਗਾਹ 'ਤੇ ਅਸੀਂ ਖੜ੍ਹੇ ਹਾਂ, ਇਹ ਨਿਰੰਗਪੁਰ ਝਾਂਡੀਆਂ ਪਿੰਡ ਆ ਜੀ। ਬੀਬੀ ਜੀ ਦੇ ਇੱਥੇ ਨਾਨਕੇ ਸੀ, ਫਿਰ ਇਹਨਾਂ ਦੇ ਬਾਪ ਨੇ ਇਹ ਰਾਸਤਾ ਇੱਥੇ ਸੰਭਾਲਤੀ ਸੀ ਨਿਰੰਗਪੁਰ ਨਾਨਕਿਆਂ ਦੀ। ਇੱਥੇ ਬੀਬੀ ਜੀ ਆ ਕੇ ਇਹਨਾਂ ਨੇ ਤਪੱਸਿਆ ਕਰੀ ਬਹੁਤ ਦੇਰ, ਉੱਪਰ ਵੀ ਰਹੇ ਅਤੇ ਜਿਹੜੀ ਇਹਨਾਂ ਦੀ ਦਰਗਾਹ ਹੈ ਬੀਬੀ ਜੀ ਦੀ ਇਹ ਨਿਰੰਗਪੁਰ ਝਾਂਡੀਆਂ ਦੇ ਵਿੱਚ, ਅਸੀਂ ਇੱਥੇ ਹਰੇਕ ਸਾਲ ਜਦੋਂ ਵੀ ਇੱਥੇ ਨਗਰ ਕੀਰਤਨ ਆਉਂਦਾ ਆਪਣੇ ਕੋਟਲਾ ਪਿੰਡ ਤੋਂ, ਹਰੇਕ ਸਾਲ ਅਸੀਂ ਵੀ ਇੱਥੇ ਬੀਬੀ ਦੀ ਦਰਗਾਹ 'ਤੇ ਲੰਗਰ ਚਲਾਉਂਦੇ ਹਾਂ ਅਤੇ ਸਾਰੀਆਂ ਸੰਗਤਾਂ ਇੱਥੇ ਬਹੁਤ ਵੱਧ ਤੋਂ ਵੱਧ ਆਉਂਦੀਆਂ। ਹਾਂਜੀ, ਬੀਬੀ ਮਮਤਾਜ ਜੀ ਦੇ ਸਮਾਧ 'ਤੇ ਅਸੀਂ ਖੜ੍ਹੇ ਹਾਂ ਅੱਜ। ਦੇਖੋ ਅੱਜ ਨਗਰ ਕੀਰਤਨ ਇਸ ਜਗ੍ਹਾ 'ਤੇ ਪਹੁੰਚਣਾ ਹੈਗਾ ਅਤੇ ਪਿੰਡ ਵਾਸੀਆਂ ਵੱਲੋਂ ਕਾਫੀ ਮੈਂ ਕਹਿੰਦਾ ਬਰੈਡਾਂ ਦਾ ਲੰਗਰ ਜਿਹੜਾ ਲਗਾਇਆ ਹੋਇਆ, ਚਾਹ ਬਰੈਡਾਂ ਦਾ ਲੰਗਰ ਲਗਾਇਆ ਹੋਇਆ, ਅਸੀਂ ਪਿੰਡ ਵਾਸੀਆਂ ਨਾਲ ਵੀ ਗੱਲਬਾਤ ਕਰਦੇ ਹਾਂ। ਹਾਂਜੀ, ਕਿਸ ਤਰ੍ਹਾਂ ਕਰਦੇ ਜੀ ਸਮਾਧ ਕਦੋਂ ਦੀ ਹੈ? ਇਹ ਸਮਾਧ ਸਾਰੀ ਸੋਝੀ ਸਾਂਭਣੀ ਤਾਂ ਪਹਿਲੀ ਹੈ ਜੀ, ਜਦ ਤੇ ਅਸੀਂ ਸੋਝੀ ਸਾਂਭਣੀ ਸੀ ਜਦ ਤੇ ਇਸੇ ਤਰ੍ਹਾਂ ਪ੍ਰੋਗਰਾਮ ਚੱਲਦਾ, ਹੁਣ ਤਾਂ ਬਹੁਤ ਸਾਲ ਹੋ ਗਏ ਇੱਥੇ ਨਗਰ ਕੀਰਤਨ ਆਉਂਦਾ ਭੱਠੇ ਸਾਲ ਤੋਂ ਚੱਲ ਕੇ ਅਸੀਂ ਇੱਥੇ ਬਰੈਡਾਂ ਦਾ ਲੰਗਰ ਲਗਾਉਂਦੇ, ਉੱਥੇ ਪਹਿਲਾਂ ਵੀ ਸਾਲ ਵਿੱਚ ਨੂੰ ਇੱਕ ਦੋ ਲੰਗਰ ਅਸੀਂ ਲਗਾਉਂਦੇ। ਪਿੰਡ ਹੈ ਇਹਦੇ ਕਿੰਨੇ ਘਰ ਇੱਥੇ? ਸਾਡੇ ਪਿੰਡ ਦੇ ਇਹ ਤਾਂ ਨਿਰੰਗਪੁਰ ਵਿੱਚ ਪੈਂਦਾ ਜੀ, ਨਿਰੰਗਪੁਰ ਵਿੱਚ ਹੁਣ ਇੱਕ ਘਰ ਹੈ ਜੀ, ਸਾਡਾ ਪਿੰਡ ਲਾਗ ਝਾਂਡੀਆਂ 30-32 ਘਰ ਹੈ ਜੀ ਅਤੇ ਹੋਰ ਸਾਰੇ ਨਗਰ ਦੇ ਸਹਿਯੋਗ ਦੇ ਨਾਲ ਇੱਥੇ ਘੱਟ ਕੀਤਾ ਜਾਂਦਾ, ਜੋ ਖਰਚਾ ਖੁਰਚਾ ਹੁੰਦਾ ਸਾਰਾ ਕੋਈ ਕੁਛ ਦੇ ਦਿੰਦਾ। ਜਗ੍ਹਾ 'ਤੇ ਕਿੱਦਾਂ ਲੋਕ ਮੰਨਤਾ ਮੰਨਦੇ? ਹਾਂਜੀ ਹਾਂਜੀ ਸਰ, ਬਹੁਤ ਦੂਰ ਵੀਰਵਾਰ ਨੂੰ ਮੰਨਤਾ ਜੀ, ਇੱਥੇ ਵੀਰਵਾਰ ਨੂੰ ਅਤੇ ਐਤਵਾਰ ਨੂੰ ਤਾਂ ਬਹੁਤ ਘੱਟ ਹੁੰਦਾ ਜੀ। ਜੀ ਜੀ, ਬਾਹਰੋਂ ਵੀ ਆਉਂਦੀ ਹੈ ਜੀ ਸੰਗਤ, ਦਿੱਲੀ ਦਿੱਲੀ ਤੋਂ ਜੀ, ਉੱਪਰ ਉੱਪਰ ਗੁਰਦੁਆਰੇ ਸਾਹਿਬ ਤਾਂ ਦਿੱਲੀ ਤੋਂ ਵੀ ਅੱਗੇ ਦੀ ਦੁਨੀਆ ਪਹੁੰਚਦੀ ਹੈ ਜੀ। ਠੀਕ ਹੈ ਜੀ, ਹਾਂਜੀ, ਇਹਨਾਂ ਦਾ ਕਹਿਣ ਦਾ ਮਤਲਬ ਇਹ ਹੈ ਵੀ ਜਿਹੜੀ ਜਗ੍ਹਾ ਹੈ ਇਹਦੇ 'ਚ ਕੋਈ
ਵੀ ਬੰਦਾ ਕੋਈ ਆਪਣੇ ਕੋਲ ਮੰਨਤ ਮੰਨਦਾ ਹੈ ਤਾਂ ਪੂਰੀ ਹੁੰਦੀਆਂ ਹਨ। ਅਤੇ ਅੱਜ ਅਸੀਂ ਰੋਪੜ ਟੀਵੀ ਵੱਲੋਂ ਵੀ ਸਾਰੀ ਜਗ੍ਹਾ ਦਾ ਦੌਰਾ ਕੀਤਾ ਅਤੇ ਕਾਫੀ ਅਸੀਂ ਵਧੀਆ ਵਧੀਆ ਬੰਦਿਆਂ ਨਾਲ ਗੱਲਬਾਤ ਵੀ ਕੀਤੀ ਅਤੇ ਅਸੀਂ ਸੰਗਤ ਨੂੰ ਵੀ ਇਹ ਦੱਸਣਾ ਚਾਹੁੰਦੇ ਹਾਂ ਕਿ ਰੋਪੜ ਜ਼ਿਲ੍ਹੇ ਦੇ ਵਿੱਚ ਜਗ੍ਹਾ ਸਾਰੀ ਪੈਂਦੀ ਹੈ ਅਤੇ ਜੰਗਲਾਂ ਦੇ ਵਿੱਚ ਸਥਾਨ ਬਣਿਆ ਹੋਇਆ ਪਰ ਬਹੁਤ ਹੀ ਖੂਬਸੂਰਤ ਅਤੇ ਪ੍ਰਦੂਸ਼ਣ ਰਹਿਤ ਜਗ੍ਹਾ ਜਿਹੜੀ ਅਸੀਂ ਦੇਖਣ ਨੂੰ ਸਾਨੂੰ ਦੇਖੀ ਅਸੀਂ ਹੈ ਅਤੇ ਸੰਗਤ ਬਾਹਰੋਂ ਵੀ ਸਥਾਨ 'ਤੇ ਆਓ ਅਤੇ ਇੱਥੇ ਆਪਣੀ ਪੂਰੀ ਹਾਂ।